ਹਾਂਜੀ ਸਟੂਡੈਂਟ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ 7 ਜੁਲਾਈ ਨੂੰ ਜਿਹੜਾ ਸੀਟੈਟ ਦਾ ਪੇਪਰ ਹੋ ਚੁੱਕਿਆ, ਉਹਦੇ ਪੇਪਰ 1 ਅਤੇ ਪੇਪਰ 2 ਜਿਹੜੇ ਹੋਏ ਸੀਗੇ, ਠੀਕ ਹੈ। ਪੇਪਰ ਮੋਰਨਿੰਗ ਹੋਇਆ ਸੀ 2 ਅਤੇ ਬਾਅਦ 'ਚ ਹੋਇਆ ਸੀ ਪੇਪਰ 1 ਈਵਨਿੰਗ ਸ਼ਿਫਟ। ਸੋ ਆਪਾਂ ਆਂਸਰ ਕੀ ਕਰਾਂਗੇ, ਡਿਸਕਸ ਪੇਪਰ 1 ਦੀ ਪਾਰਟ, ਠੀਕ ਹੈ। ਸੋ ਪੇਪਰ 1 ਦੇ ਵਿੱਚ ਕੀ ਕੁਛ ਆਇਆ ਸੀ ਉਹਦੀ ਆਪਾਂ ਪਹਿਲਾਂ ਆਂਸਰ ਕੀ ਡਿਸਕਸ ਕਰਾਂਗੇ, ਉਸ ਤੋਂ ਬਾਅਦ ਆਪਾਂ ਫਿਰ ਜਿਹੜੀ ਤੁਹਾਡੇ ਨਾਲ ਆਂਸਰ ਕੀ ਡਿਸਕਸ ਕਰਾਂਗੇ ਪੇਪਰ 2 ਦੀ ਵੀ। ਸੋ ਵੀਡੀਓ ਆਪਾਂ ਰਾਤੀ ਨਹੀਂ ਬਣਾਈ, ਕਿਉਂਕਿ ਕੱਲ੍ਹ ਮੈਂ ਥੋੜ੍ਹਾ ਜਿਹਾ ਬਾਹਰ ਸੀਗਾ, ਇਸੇ ਕਰਕੇ ਮੈਂ ਵੀਡੀਓ ਨਹੀਂ ਤੁਹਾਡੇ ਤੱਕ ਪਾ ਸਕਿਆ ਆਂਸਰ ਕੀ ਦੀ। ਸੋ ਆਪਾਂ ਹੁਣ ਡਿਸਕਸ ਕਰ ਰਹੇ ਹਾਂ। ਦੂਸਰੀ ਗੱਲ ਹੈਗੀ ਆ, ਅਤੇ ਜਿਹੜੀ ਆਪਾਂ ਪੇਪਰ 1 ਦੇ 2 ਦੇ ਵਿੱਚ ਪੰਜਾਬੀ ਲੈਂਗੁਏਜ 1 ਅਤੇ 2 ਆਈਆਂ ਨੇ, ਉਹਨਾਂ ਦੋਨਾਂ ਦੀ ਆਂਸਰ ਕੀ ਆਪਣੇ ਚੈਨਲ 'ਤੇ ਆਲਰੇਡੀ ਅਪਲੋਡ ਕੀਤੀਆਂ ਗਈਆਂ ਮਨਪ੍ਰੀਤ ਮੈਡਮ ਦੁਆਰਾ, ਜਿਨ੍ਹਾਂ ਦੇ ਵਿੱਚ ਜਿਹੜੀ ਮੰਨ ਲਓ ਆਪਣੇ ਉਹਦੇ ਵਿੱਚ ਪੈਡਾਗੋਜੀ ਹੁੰਦੀ ਹੈ ਨਾ, ਸੋ ਪੈਡਾਗੋਜੀ ਦੀ ਜਿੰਨੇ ਵੀ ਸਲਿਊਸ਼ਨ ਉਹ ਮੇਰੇ ਦੁਆਰਾ ਹੀ ਉੱਥੇ ਪ੍ਰੋਵਾਈਡ ਕਰਾਏ ਗਏ ਆ। ਸੋ ਇੱਕ ਦੋ ਜਿਹੜੇ ਕੁਐਸਚਨ ਉਰਾਂ ਪਰਾਂ ਹੋ ਸਕਦੇ ਹੈਗੇ ਆ, ਠੀਕ ਹੈ, ਤਾਂ ਤੁਸੀਂ ਉਹ ਵੀ ਆਂਸਰ ਕੀਆਂ ਦੇਖ ਸਕਦੇ ਹੋ। ਹੁਣ ਆਪਾਂ ਗੱਲ ਕਰਾਂਗੇ ਸੀ ਡੀ ਬੀ ਪੇਪਰ 1 ਵਾਸਤੇ। ਸੋ ਸਿੱਧੀ ਆਪਾਂ ਤੁਹਾਡੇ ਨਾਲ ਆਂਸਰ ਹੀ ਡਿਸਕਸ ਕਰਾਂਗੇ। ਚਲੋ ਜੀ, ਸੋ ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਹੈਗਾ ਵੀ ਸਿਖਿਆਰਥੀ ਅਧਿਗਮ ਪ੍ਰਕਿਰਿਆ ਮੇਂ ਵਿਅਸਤ ਔਰ ਪ੍ਰਕਿਰਿਆ ਸਕਿਰਿਆ ਰੂਪ ਸੇ ਸ਼ਾਮਲ ਮਹਿਸੂਸ ਕਰਦੇ ਹੈ, ਠੀਕ ਹੈ। ਸੋ ਇਹਦਾ ਰਾਈਟ ਆਂਸਰ ਕੀ ਆਊਗਾ? ਸੋ ਇਹਦਾ ਰਾਈਟ ਆਂਸਰ ਤੁਹਾਡਾ ਇੱਕ ਆਊਗਾ, ਲਗਭਗ 3 ਤੁਹਾਡਾ ਆਊਗਾ, ਨਹੀਂ 3 ਨਹੀਂ ਆਏਗਾ ਇਸਦਾ। ਗਤੀਵਿਧੀਓ ਕੇ ਸੰਦਰਭ ਸੇ ਹੋਤੀ ਹੈ, ਠੀਕ ਹੈ। ਸੋ ਗਤੀਵਿਧੀਓ ਕੇ ਸੰਦਰਭ ਸੇ ਹੋਤੀ ਹੈ, ਰਾਈਟ ਆਂਸਰ ਇਹਦਾ 2 ਆਏਗਾ, 2 ਬਿਲਕੁਲ, ਠੀਕ ਹੈ। ਹਾਂ, ਸਕਿਰਿਆ ਔਰ ਵਿਅਸਤ ਹੋਤੇ ਗਤੀ, ਜੇਕਰ ਗਤੀਵਿਧੀ ਕਰਨਗੇ ਤਾਂ ਹੀ ਉਹ ਕੀ ਆਏਗਾ, ਸਕਿਰਿਆ ਕਰਨਗੇ ਤਾਂ ਹੀ ਉਹ ਬਿਜ਼ੀ ਹੋਣਗੇ, ਠੀਕ ਹੈ। ਸੋ ਆਂਸਰ 2 ਆਏਗਾ। ਉਸ ਤੋਂ ਬਾਅਦ ਅਗਲਾ ਕੁਐਸਚਨ ਤੁਹਾਡੀ ਸਕਰੀਨ 'ਤੇ ਹੈਗਾ, ਇਹ ਡਬਲ ਕਥਨ ਵਾਲਾ ਕੁਐਸਚਨ ਹੁੰਦਾ, ਠੀਕ ਹੈ। ਸੋ ਇਹਨੂੰ ਆਪਾਂ ਇੱਕ ਵਾਰੀ ਪੜ੍ਹਦੇ ਹਾਂ। ਕਹਿੰਦੇ ਸ਼ਿਕਸ਼ਕੋਂ ਕੋ ਕਕਸ਼ਾ ਮੇਂ ਪ੍ਰਭਾਵੀ ਸੰਗਿਆਨ ਸੂਚਿਤ ਕਰਨੇ ਕੇ ਲੀਏ ਬੱਚੋਂ ਕੋ ਸੰਵੇਗਾਤਮਕ ਸਹਾਰਾ ਦੇਣਾ ਚਾਹੀਏ। ਲਗਭਗ ਸਹੀ ਗੱਲ ਹੈ। ਔਰ ਸੰਵੇਗ ਬੈ ਸੰਗਿਆਨ ਇੱਕ ਦੂਸਰੇ ਸੇ ਜਟਿਲ ਰੂਪ ਸੇ ਜੁੜੇ, ਦੋਨੇ ਗੱਲਾਂ ਸਹੀ ਨੇ, ਦੋਨੇ ਗੱਲਾਂ ਸਹੀ ਨੇ, ਤਾਂ ਆਂਸਰ ਤੁਹਾਡਾ ਕੀ ਆਊਗਾ, ਇਹ 2 ਆਂਸਰ ਆਊਗਾ, ਭਾਵ ਏ ਅਤੇ ਆਰ ਦੋਨੇ ਸਹੀ ਨੇ। ਅਤੇ ਮੈਂ ਪੰਜਾਬੀ 'ਚ ਬੋਲੂੰਗਾ, ਹਿੰਦੀ ਨਹੀਂ ਪੜੂੰਗਾ ਵਿੱਚ, ਚਲੋ ਹਿੰਦੀ ਕੁਐਸਚਨ ਪੜ੍ਹਾਂਗੇ ਕਹਿੰਦਾ, ਵੈਸੇ ਤੁਹਾਨੂੰ ਸਮਝਾਵਾਂਗੇ ਪੰਜਾਬੀ 'ਚ, ਤਾਂ ਏ ਆਰ ਇਹਨਾਂ ਦੀ ਸਹੀ ਵਿਆਖਿਆ ਹੋਏਗੀ, ਠੀਕ ਹੈ। ਚਲੋ ਅਗਲਾ ਕੁਐਸਚਨ ਤੁਹਾਡੀ ਸਕਰੀਨ 'ਤੇ ਹੈਗਾ। ਸੋ ਤੁਸੀਂ ਦੇਖ ਸਕਦੇ ਹੋ ਕਿ ਆਮ ਤੌਰ ਪਰ ਕਹਿੰਦੇ ਸਿੱਖਣੇ ਕੀ ਅਕਸ਼ਮਤਾ ਜਾਂ ਕਠਿਨਾਈਆਂ ਵਾਲੇ ਬੱਚੋਂ ਮੇਂ, ਸੋ ਜਿਹੜੇ ਸਿੱਖ ਨਹੀਂ ਸਕਦੇ ਬੱਚੇ ਉਹਨਾਂ 'ਚ ਅਯੋਗਤਾ ਹੁੰਦੀ ਹੈ, ਸੋ ਕਹਿਣ ਦਾ ਮਤਲਬ ਉਹਨਾਂ ਨੂੰ ਭਰਮ ਭੁਲੇਖਾ ਹੁੰਦਾ। ਸੋ ਇਹਦਾ ਰਾਈਟ ਆਂਸਰ ਹੋਊਗਾ, ਜੈਸੇ ਅੱਖਰ ਦਿਖਣੇ ਵਾਲੇ ਅਕਸ਼ਰ ਕੋ ਵਰਨ ਕੋ ਲੇਕਰ ਵਰਮ ਹੁੰਦਾ ਹੈ, ਠੀਕ ਹੈ। ਜਿਵੇਂ ਆਪਾਂ ਕਹਿੰਦੇ ਵੀ ਕੋਈ ਸੱਸੇ ਨੂੰ ਗੱਗਾ ਪੜ੍ਹੀ ਜਾਂਦਾ ਬੱਚਾ, ਜਿਵੇਂ ਪਿਓਰ ਪੰਜਾਬੀ 'ਚ ਦੇਖੀਏ ਆਪਾਂ, ਠੀਕ ਹੈ, ਜਾਂ ਕੋਈ ਮਤਲਬ ਭਰਮ ਭੁਲੇਖਾ ਹੁੰਦਾ ਅੱਖਰਾਂ ਨੂੰ ਲੈ ਕੇ। ਸੋ ਇਹਦਾ ਆਂਸਰ ਏ ਆਊਗਾ, 4 ਆਂਸਰ ਆਊਗਾ ਇਹਦਾ, 4, ਠੀਕ ਹੈ। ਅਗਲਾ ਨੈਕਸਟ ਕੁਐਸਚਨ, ਨੈਕਸਟ ਕੁਐਸਚਨ ਤੁਹਾਡੀ ਸਕਰੀਨ 'ਤੇ ਆ ਗਿਆ। ਨੈਕਸਟ ਆ ਕਹਿੰਦੇ, ਨਿਮਨਲਿਖਤ ਮੇਂ ਕੌਣ ਸਾ ਕਥਨ ਪ੍ਰਗਤੀਸ਼ੀਲ ਸ਼ਿਕਸ਼ਾ ਕੇ ਭੂਮਿਕਾ ਕਾ ਸਭਸੇ ਅੱਛਾ ਵਰਣਨ ਕਰਦਾ ਹੈ। ਸਭਸੇ ਅੱਛਾ ਵਰਣਨ ਪ੍ਰਗਤੀਸ਼ੀਲ, ਪ੍ਰਗਤੀਸ਼ੀਲ ਤੁਹਾਨੂੰ ਬਹੁਤ ਵਾਰੀ ਕਰਾਇਆ ਆਪਾਂ, ਠੀਕ ਹੈ, ਪ੍ਰਗਤੀਸ਼ੀਲ ਕਰਾਉਣਾ ਹੈਗਾ। ਸੋ ਇਹਦਾ ਪ੍ਰਗਤੀਸ਼ੀਲ ਦਾ ਆਂਸਰ ਕੀ ਹੋਏਗਾ? ਸ਼ਿਕਸ਼ਕ ਬੱਚੋਂ ਕੋ ਸੁਤੰਤਰ ਰੂਪ ਸੇ ਕਾਰਿਆ ਕਰਨੇ ਕੇ ਲੀਏ ਉਨਕੇ ਹਾਲ ਮੇਂ ਛੋੜ ਦੇਣਾ ਚਾਹੀਏ। ਸ਼ਿਕਸ਼ਕ ਕਾ ਗਿਆਨ ਪ੍ਰਾਥਮਿਕ ਸਰੋਤ ਹੈ। ਦੇਖੋ ਇਹ ਆਂਸਰ ਨਹੀਂ ਹੋਏਗਾ। ਸੁਵਿਧਾ ਪ੍ਰਤਕਤਾ, ਭਾਵ ਜਿਹੜਾ ਫੈਸੀਲੇਟਰ ਹੋਣਾ ਚਾਹੀਦਾ, ਇਹ ਸੁਣੋ ਤੁਸੀਂ ਵੀ, ਜਿੱਥੇ ਫੈਸੀਲੇਟਰ ਆ ਗਿਆ ਆਂਸਰ ਹੋਊਗਾ, ਰਾਈਟ ਆਂਸਰ ਹੋਊਗਾ 3, 3 ਦਾ ਰਾਈਟ ਆਂਸਰ ਆਊਗਾ। ਅਗਲਾ ਕੁਐਸਚਨ ਤੁਹਾਡੀ ਸਕਰੀਨ 'ਤੇ, ਤੁਸੀਂ ਆਪਣੇ ਅਕੋਰਡਿੰਗ ਜਿਹੜੀ ਆਂਸਰ ਨੂੰ ਚੈੱਕ ਕਰ ਲਓ, ਤੁਹਾਡੀ ਹੋ ਸਕਦਾ ਕੋਡ ਕੋਈ ਹੋਰ ਹੋਵੇ, ਠੀਕ ਹੈ। ਚਲੋ ਇਹ ਅੱਗੇ ਵੀ ਕਹਿੰਦੇ ਪ੍ਰਤਿਭਾਸ਼ਾਲੀ ਬੱਚਿਆਂ ਵਾਸਤੇ, ਜਿਹੜੇ ਪ੍ਰਤਿਭਾਸ਼ਾਲੀ ਬੱਚੇ ਹੁੰਦੇ ਆ, ਆਪਾਂ ਨੂੰ ਕਹਿੰਦੇ ਗਿਫਟਡ ਬੱਚੇ ਹੁੰਦੇ, ਉਹਨਾਂ ਵਾਸਤੇ ਕਿਹੜੀ ਸਹੀ ਹੈ? ਕਹਿੰਦੇ ਪ੍ਰਤਿਭਾਸ਼ਾਲੀ ਸ਼ਾਸਤਰ ਅੰਨਿਆਂ ਸ਼ਾਸਤਰੋਂ ਕੀ ਤੁਲਨਾ ਮੇਂ ਉੱਨਤੀ ਲਿਖਿਆ, ਉੱਨਤ ਗਤੀ ਸਿੱਖਦੇ ਆ, ਵੀ ਜ਼ਿਆਦਾ ਸਿੱਖਦੇ ਨੇ। ਇਹੀ ਗੱਲ ਸਹੀ ਹੈ, ਪਹਿਲੀ ਹੀ ਗੱਲ ਬਿਲਕੁਲ ਸਹੀ ਹੈਗੀ ਆ, ਬਾਕੀ ਹੀ ਆ ਗਲਤ ਨੇ ਸਾਰੀਆਂ। ਚਲੋ ਨੈਕਸਟ, ਅਗਲਾ, ਜੀਨ ਪਿਆਜੇ ਕੇ ਅਨੁਸਾਰ ਨਿਮਨਲਿਖਤ ਮੇਂ ਸੇ ਕੌਨ ਸੀ ਕਸ਼ਮਤਾ ਪੂਰਵ ਸਿਰਕ੍ਰਿਆਤਮਕ ਅਵਸਥਾ ਕੀ ਵਿਸ਼ੇਸ਼ਤਾ ਹੁੰਦੀ ਹੈ? ਪ੍ਰੀ ਓਪਰੇਸ਼ਨਲ ਦੇ ਵਿੱਚ ਕੀ ਕਰਦੇ ਆ ਜੀਨ ਪਿਆਜੇ ਦੇ ਅਨੁਸਾਰ ਬੱਚੇ? ਸੋ ਪ੍ਰੀ ਓਪਰੇਸ਼ਨਲ ਦੇ ਵਿੱਚ ਉਹ ਕੀ ਸੋਚਦੇ ਆ, ਉਹ
ਸੰਕੇਤ ਰਾਹੀਂ, ਮਤਲਬ ਸੰਕੇਤਾਂ ਰਾਹੀਂ, ਅਤੇ ਜੀਵਵਾਦ, ਜੀਵਵਾਦ ਦਾ ਮਤਲਬ ਐਨੀਮਾਈਜ਼ ਦਾ ਮਤਲਬ ਇਹਦਾ ਕੀ ਮਤਲਬ ਵੀ ਜਿਹੜੀਆਂ ਨਿਰਜੀਵ ਚੀਜ਼ਾਂ ਨੂੰ ਉਹਨਾਂ ਨੂੰ ਸੰਜੀਵ ਸਮਝਦੇ, ਦੇਖਣ ਉਹਨਾਂ ਨੂੰ ਲੱਗਦਾ ਵੀ ਜਿਹੜੀ ਕੋਈ ਆਪਾਂ ਉਹਨਾਂ ਦੇ ਸਾਹਮਣੇ ਇੱਕ ਗੁੱਡੀ ਧਰਦੀ ਉਹਦੇ ਨੂੰ ਐਂ ਲੱਗੇ ਵੀ ਗੁੱਡੀ ਜਿਉਂਦੀ ਆ ਜਾਂ ਬੋਲੂਗਾ, ਹੈ ਨਾ। ਸੋ ਇਹ ਰਾਈਟ ਆਂਸਰ ਇਹ ਹੋਊਗਾ, ਜੀਵਵਾਦ ਨਾਲ ਵੀ ਉਹ ਨਿਰਜੀਵ ਚੀਜ਼ਾਂ ਨੂੰ ਸੰਜੀਵ ਸਮਝਦੇ ਹੁੰਦੇ ਆ। ਸੋ ਇਹ ਕਿਹੜੇ ਕਿੱਥੇ ਹੁੰਦਾ, ਇਹ ਹੁੰਦਾ ਉਹਦੇ ਪ੍ਰੀ ਪ੍ਰਸ਼ਨਲ 'ਚ ਹੁੰਦਾ, ਜੀਨ ਪਿਆਜ ਦੇ ਅਨੁਸਾਰ, ਠੀਕ ਹੈ। ਚਲੋ ਉਸ ਤੋਂ ਬਾਅਦ ਆਲੋਚਨਾਤਮਕ ਸੋਚ, ਤੁਹਾਨੂੰ ਤਾਂ ਵੀ ਕ੍ਰਿਟੀਕਲ ਥਿੰਕਿੰਗ ਬਹੁਤ ਕੁਐਸਚਨ ਤੁਹਾਨੂੰ ਕਰਾਏ ਅਨੇਕਾਂ ਹੀ ਵੀ, ਆਲੋਚਨਾਤਮਕ ਸੋਚ ਵਾਲੇ ਪ੍ਰਸ਼ਨ ਕਾ ਪ੍ਰਾਥਮਿਕ ਉਦੇਸ਼ ਹੁੰਦਾ ਹੈ। ਸੋ ਆਲੋਚਨਾਤਮਕ ਸੋਚ ਵਾਲੇ ਕੁਐਸਚਨ ਦਾ ਜਿਹੜਾ ਪ੍ਰਾਥਮਿਕ ਉਦੇਸ਼ ਕੀ ਹੋਊਗਾ, ਸੋ ਇਹਦਾ ਆਂਸਰ ਹੋਊਗਾ ਵੀ ਸਮੱਸਿਆ ਸਮਾਧਾਨ ਨੂੰ ਜਿਹੜਾ ਕੌਸ਼ਲ ਨੂੰ ਬੜਾਊਗਾ ਇਹਦੇ ਵਿੱਚ, ਠੀਕ ਹੈ। ਅਤੇ ਉੱਚ ਸਤਰੀਆ ਭਾਵ ਜਿਹੜਾ ਗਿਆਨ ਉੱਚੀ ਸੋਚ ਰੱਖੂਗੀ ਇਹਦੇ ਨਾਲ। ਮੈਂ ਤੁਹਾਨੂੰ ਬਹੁਤ ਵਧੀਆ ਦੱਸਿਆ ਵੀ ਆਲੋਚਨਾਤਮਕ ਸੋਚ ਕਿਵੇਂ ਪੈਦਾ ਹੁੰਦੀ ਹੈ, ਕ੍ਰਿਟੀਕਲ ਥਿੰਕਿੰਗ ਕਿਵੇਂ ਪੈਦਾ ਹੁੰਦੀ। ਜਦੋਂ ਬੰਦੇ ਦੇ ਅੰਦਰ ਅਸੀਂ ਪਹਿਲਾਂ ਆਪਾਂ ਉਸਨੂੰ ਸਮੱਸਿਆ ਦੇਵਾਂਗੇ, ਸਮੱਸਿਆ ਦੇਤੀ ਫਿਰ ਉਹ ਬੰਦਾ ਵੱਖ ਵੱਖ ਚੀਜ਼ਾਂ ਸੋਚੂਗਾ, ਤਾਂ ਫਿਰ ਉਹਦੇ ਨਾਲ ਕਿਉਂ ਕ੍ਰਿਟੀਕਲ ਥਿੰਕਿੰਗ ਪੈਦਾ ਹੋਊਗੀ, ਠੀਕ ਹੈ। ਸੋ ਇਹਦਾ ਰਾਈਟ ਆਂਸਰ ਵੀ ਕੀ ਹੋਊਗਾ, 4 ਆਊਗਾ। ਉਸ ਤੋਂ ਬਾਅਦ ਅਗਲਾ ਕੁਐਸਚਨ, ਨੈਕਸਟ ਨੈਕਸਟ ਕੁਐਸਚਨ ਤੁਹਾਡੀ ਸਕਰੀਨ 'ਤੇ ਹੈਗਾ, ਅਨੁਵੰਸ਼ਕਤਾ ਪੂਰੀ ਤਰ੍ਹਾਂ ਸੇ ਇੱਕ ਵਿਅਕਤੀ ਕੇ ਡੈਸ਼ ਕਾ ਨਿਰਧਾਰਨ ਕਰਤੀ ਹੈ। ਸੋ ਇਹਦਾ ਰਾਈਟ ਆਂਸਰ ਸੈਕਸ ਨਾਲ ਹੀ ਜੁੜਿਆ ਹੈਗਾ, ਠੀਕ ਹੈ। ਰਾਈਟ ਆਂਸਰ ਇਹਦਾ ਆਊਗਾ 2, ਭਾਵ ਆਂਸਰ ਹੋਊਗਾ ਇੱਥੋਂ 2 ਆਊਗਾ, ਇੱਕ ਹੀ ਚੀਜ਼ ਦੀ ਸਹੀ ਹੈਗੀ ਹੈ। ਸੋ ਅਨੁਵੰਸ਼ਕਤਾ ਦਾ ਜਿਹੜਾ ਮੇਨ ਮੁੱਦਾ ਕੀ ਹੈ, ਸੈਕਸ ਨਾਲ ਹੀ ਜੁੜਿਆ ਹੁੰਦਾ, ਠੀਕ ਹੈ, ਬਾਕੀ ਚੀਜ਼ਾਂ ਨਹੀਂ ਆਉਣਗੀਆਂ। ਉਸ ਤੋਂ ਬਾਅਦ ਬੱਚੋਂ ਕੀ ਲੰਬਾਈ ਔਰ ਵਜ਼ਨ, ਠੀਕ ਹੈ। ਵਾਧਾ ਅਤੇ ਵਿਕਾਸ ਜਿਵੇਂ ਆਪਾਂ ਕਹਿ ਲਈਏ, ਇਹ ਵਾਧੇ ਅਤੇ ਵਿਕਾਸ ਨਾਲ ਸੰਬੰਧ ਹੈ। ਇਹ ਵਾਧਾ ਹੁੰਦਾ, ਜਿਹੜਾ ਵਾਧਾ ਹੁੰਦਾ ਵਾਧੇ ਨੂੰ ਦੇਖਿਆ ਜਾ ਸਕਦਾ, ਵਾਧੇ ਨੂੰ ਤੋਲਿਆ ਜਾ ਸਕਦਾ, ਮਾਤ੍ਰਿਕ ਹੋਊਗਾ, ਰਾਈਟ ਆਂਸਰ ਹੋਊਗਾ 2, ਠੀਕ ਹੈ। ਸੋ ਜਿਹੜੀ ਵ੍ਰਿਧੀ ਹੈ ਉਹਨੂੰ ਤੋਲਿਆ ਜਾ ਸਕਦਾ, ਉਹਨੂੰ ਦੇਖਿਆ ਜਾ ਸਕਦਾ, ਮਿਣਿਆ ਜਾ ਸਕਦਾ, ਸੋ ਇਸ ਲਈ ਮਾਤ੍ਰਿਕ ਹੋਊਗਾ, ਰਾਈਟ ਆਂਸਰ ਹੋਊਗਾ 2। ਉਸ ਤੋਂ ਬਾਅਦ ਨੈਕਸਟ ਕੁਐਸਚਨ ਲੀ ਵਾਇਗੋਸਤੀ ਕੇ ਅਨੁਸਾਰ ਬੱਚੇ ਆਪਣੇ ਸੰਵਿਆ ਕੇ ਵਿਵਹਾਰ ਕੋ ਕਿਸ ਪ੍ਰਕਾਰ ਨਿਯਮਤ ਕਰਦੇ ਹੈ, ਠੀਕ ਹੈ। ਆਪਣੇ ਵਿਵਹਾਰ ਕੋ ਕਿਸ ਪ੍ਰਕਾਰ ਨਿਯਮਤ ਕਰਦੇ ਹੈ। ਸੋ ਸੰਵਿਆ ਲਿਖਿਆ, ਸੋ ਰਾਈਟ ਆਂਸਰ ਇਹ ਆਊਗਾ ਆਤਮ ਵਾਕ ਕੇ ਪ੍ਰਯੋਗ ਦੁਆਰਾ, ਠੀਕ ਹੈ। ਆਤਮ ਵਾਕ ਕੇ ਪ੍ਰਯੋਗ ਦੁਆਰਾ ਕਰਦੇ ਹੈ, ਠੀਕ ਹੈ। ਸੋ ਰਾਈਟ ਆਂਸਰ ਇਹਦਾ ਏ, ਆਤਮ ਤੋਂ ਬਸ ਸਮਝ ਲਓ ਵੀ ਸੰਵਿਆ ਦੀ ਗੱਲ ਹੋ ਰਹੀ ਹੈ, ਆਤਮ ਗੱਲ ਹੋ ਰਹੀ ਹੈ, ਭਾਵ ਇਨਰ ਸਪੀਚ, ਆਪਣੇ ਅੰਦਰ ਹੀ ਬੋਲਣਾ, ਆਪਣੇ ਆਪ ਨਾਲ ਹੀ ਬੋਲਣਾ, ਕਹਿਣ ਦਾ ਮਤਲਬ ਇਹੀ ਹੋਊਗਾ। ਰਾਈਟ ਆਂਸਰ ਹੋਊ ਤੁਹਾਡਾ 3, ਰਾਈਟ ਆਂਸਰ ਹੋਊਗਾ 3। ਅਗਲਾ ਨੈਕਸਟ ਕੁਐਸਚਨ ਦੇਖ ਲੈਂਦੇ ਇੱਕ ਵਾਰ। ਨੈਕਸਟ ਆ ਗਿਆ ਵਿਕਾਸ ਕੇ ਸੰਦਰਭ ਮੇਂ ਨਿਮਨਲਿਖਤ ਮੇਂ ਸੇ ਕੌਣ ਸਾ ਕਥਨ ਸਹੀ ਹੈ, ਵਿਕਾਸ ਦੇ ਨਾਲ ਕਿਹੜੀ ਗੱਲ ਸਹੀ ਹੈਗੀ ਆ। ਕਹਿੰਦੇ ਵਿਕਾਸ ਭਿੰਨ ਪਹਿਲੂ ਇੱਕ ਦੂਸਰੇ ਕੇ ਸੁਤੰਤਰ ਹੋਤੇ, ਕਿਤੇ ਨਾ ਕਿਤੇ ਗੱਲ ਨਹੀਂ ਸਹੀ ਹੈਗੀ। ਚਲੋ ਵਿਕਾਸ ਇੱਕ ਅਸਤਤਤ ਪ੍ਰਕਿਰਿਆ ਹੈ, ਅਸਤਤਤ ਡਿਸਕੰਟੀਨਿਊ ਨਹੀਂ ਹੋਏਗਾ, ਠੀਕ ਹੈ। ਉਸ ਤੋਂ ਬਾਅਦ ਵਿਕਾਸ ਚੱਕਰੀਆ ਤਰੀਕੇ ਸੇ ਹੋਤਾ ਹੈ, ਰੇਖਕ ਨਹੀਂ, ਬਿਲਕੁਲ ਸਹੀ ਆ। ਸੋ ਇਹਦਾ ਰਾਈਟ ਆਂਸਰ ਜਿਹੜਾ ਵਿਕਾਸ ਗੁੰਝਲਦਾਰ ਹੁੰਦਾ ਵੀ ਚੱਕਰ ਖਾ ਖਾ ਐਂ, ਚੱਕਰ ਖਾ ਖਾ ਐਂ ਵੱਧਦਾ, ਵੀ ਸਿੱਧਾ ਨਹੀਂ ਚੱਲਦਾ, ਵਿਕਾਸ ਉੱਪਰ ਉੱਠ ਗਿਆ ਕਿਤੇ ਐਂ ਚੱਲਦਾ, ਹੈ ਨਾ, ਚੱਕਰਾਂ ਦੇ ਵਿੱਚ। ਸੋ ਇਹਦਾ ਰਾਈਟ ਆਂਸਰ ਫਿਰ ਵਿਕਾਸ ਚੱਕਰੀ ਤਰੀਕੇ ਸੇ ਹੁੰਦਾ, ਰੇਖਕ ਨਹੀਂ, ਇਹ ਗੱਲ ਸਹੀ ਆ, ਠੀਕ ਹੈ, ਇਹ ਗੱਲ ਸਹੀ ਆ। ਰਾਈਟ ਆਂਸਰ ਇਹਦਾ ਫਿਰ 3 ਹੀ ਆਊਗਾ, ਰਾਈਟ ਆਂਸਰ ਇਹਦਾ ਬੈਸਟ 3 ਆਊਗਾ। ਉਸ ਤੋਂ ਬਾਅਦ ਅਗਲਾ ਕੁਐਸਚਨ, ਨੈਕਸਟ ਕੁਐਸਚਨ ਤੁਹਾਡੀ ਸਕਰੀਨ 'ਤੇ ਹੈਗਾ, ਕਕਸ਼ਾ 5ਵੀਂ ਕੇ ਬੱਚੋਂ ਕੋ ਤੈਰਨੇ ਔਰ ਡੂਬਣੇ ਕੀ ਅਵਤਾਰਨਾ ਕੋ ਪੜ੍ਹਾਉਣੇ ਕੇ ਲੀਏ ਸੰਰਚਨਾਵਾਦ ਮੇਂ ਦ੍ਰਿੜ ਵਿਸ਼ਵਾਸ ਰੱਖਣੇ ਵਾਲੇ ਸ਼ਿਕਸ਼ਕੋਂ ਦੁਆਰਾ ਕੌਣ ਸੀ ਸ਼ੈਕਸ਼ਣਿਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਏ। ਦੇਖੋ ਜਦੋਂ ਤੈਰਨ ਦੀ ਗੱਲ ਹੋ ਰਹੀ ਹੈ, 1 ਸੈਕਿੰਡ ਵੇਟ, ਤੈਰਨ ਦੀ ਗੱਲ ਹੋ ਰਹੀ ਹੈ ਬੱਚਿਆਂ ਵਾਸਤੇ, ਤਾਂ ਅਸੀਂ ਫਿਰ ਕੀ ਕਰਾਂਗੇ, ਅਸੀਂ ਨਿਰਦੇਸ਼ਿਤ ਖੋਜ ਰਾਹੀਂ ਖੋਜ ਕਰਕੇ ਪੂਰਾ ਸਿਖਾਵਾਂਗੇ, ਹੈ ਨਾ। ਸੋ ਵਿਆਖਿਆ ਕਰਕੇ ਤੈਰਨਾ ਥੋੜ੍ਹੀ ਸਿੱਖ ਸਕਦਾ ਬੰਦਾ, ਠੀਕ ਹੈ। ਤੈਰਨ ਬਾਰੇ ਕੋਈ ਗੱਲ ਦੱਸ ਰਹੀ, ਉਹਦੀ ਧਾਰਨਾ ਬਾਰੇ ਦੱਸ ਰਿਹਾ ਵੀ ਉੱਥੇ, ਜਿਵੇਂ ਕਹਿੰਦੇ ਵੀ ਖੋਜ ਕਰਕੇ ਦੇਖਣਾ, ਰਿਸਰਚ ਐਕਸ਼ਨ ਰਿਸਰਚ, ਉਹੀ ਚੀਜ਼ ਆ ਗਈ। ਨਿਰਦੇਸ਼ਿਤ ਕੀ ਹੋਊਗਾ, ਗਾਈਡੈਂਸ ਡਿਸਕਵਰੀ, ਗਾਈਡੈਂਸ ਦੇਵਾਂਗੇ, ਰਾਈਟ ਆਂਸਰ ਹੋਊਗਾ 1। ਨੈਕਸਟ, ਉਸ ਤੋਂ ਬਾਅਦ ਅਗਲਾ ਨੈਕਸਟ ਕੁਐਸਚਨ ਤੁਹਾਡੀ ਸਕਰੀਨ 'ਤੇ ਹੈ, ਵਿਭਿੰਨ ਜੈਂਡਰ ਕੇ ਵਿਵਹਾਰ ਮੇਂ ਕੇ ਬਾਰੇ ਮੇਂ ਪੂਰਵ ਕਲਪਿਤ ਸਮਾਨੀਕਰਨ ਕਿਆ ਕਹਿਲਾਤਾ ਹੈ। ਸੋ ਇੰਗਲਿਸ਼ 'ਚ ਪੜ੍ਹਦੇ ਹਾਂ ਵੀ ਪ੍ਰੀ ਕੰਸੀਵਡ ਜੈਂਡਰਲਾਈਜੇਸ਼ਨ, ਠੀਕ ਹੈ। ਸੋ ਅਬਾਊਟ ਬਿਹੇਵੀਅਰ ਆਫ ਦ ਵੇਰੀਅਸ ਜੈਂਡਰ ਆਰ ਕਾਲਡ। ਸੋ ਇਹਦਾ
ਕਹਿਣ ਦਾ ਮਤਲਬ ਹੀ ਹੈ ਜੈਂਡਰ ਸਟੀਰੀਓਟਾਈਪਿੰਗ ਹੀ ਆਂਸਰ ਆਊਗਾ ਤੁਹਾਡਾ ਸਿੰਪਲ, ਠੀਕ ਹੈ। ਜੈਂਡਰ ਦੇ ਬਾਰੇ ਬਿਹੇਵੀਅਰ ਰੱਖਣਾ ਵੀ ਮੁੰਡਾ ਕੁੜੀ ਉਹੀ ਚੀਜ਼ ਆ, ਹੈ ਨਾ, ਪ੍ਰਾਣੀ ਪੂਰਵ ਸੋਚ ਰੱਖਣੀ। ਸੋ ਇਹਦਾ ਰਾਈਟ ਆਂਸਰ ਕੀ ਹੈ, ਜੈਂਡਰ ਰੂੜੀਵਾਦੀ ਜਿਹਨੂੰ ਬੋਲਦੇ ਆਪਾਂ, ਜੈਂਡਰ ਸਟੀਰੀਓਟਾਈਪਿੰਗ। ਬਹੁਤ ਸਾਰੀ ਤੁਹਾਨੂੰ ਕੁਐਸਚਨ ਕਰਾਇਆ, ਥੋੜ੍ਹੀ ਲੈਂਗੁਏਜ ਔਖੀ ਹੈਗੀ ਹੈ, ਪਰ ਜੇਕਰ ਧਿਆਨ ਨਾਲ ਪੜ੍ਹ ਕੇ ਕੀਤਾ ਜਾਵੇ ਕੋਈ ਕੁਐਸਚਨ ਔਖਾ ਨਹੀਂ ਹੈਗਾ। ਸਮਾਵੇਸ਼ੀ ਸਿੱਖਿਆ, ਮੈਂ ਆਪਾਂ ਕਹਿੰਦੇ ਸਿਰਫ ਸਾਰਾ ਕੁਝ ਸਮਾ ਜਾਣਾ, ਉਹੀ ਹੁੰਦੀ ਹੈ ਨਾ ਸਮਾਵੇਸ਼ੀ ਸਿੱਖਿਆ। ਸੋ ਇਹਦਾ ਵਿਸ਼ੇਸ਼ ਨਹੀਂ ਆਏਗਾ, ਦੇਖੋ ਦੋ ਆ ਨਹੀਂ ਆਏਗਾ, ਵਿਸ਼ੇਸ਼ ਲਿਖਿਆ ਪਿਆ ਆ ਨਹੀਂ ਆਏਗਾ, ਦੋ ਤਾਂ ਆਉਂਦੇ ਹੀ ਨਹੀਂ। ਉਸ ਤੋਂ ਬਾਅਦ ਕਹਿੰਦੇ ਸਭੀ ਬੱਚੋਂ ਕੀ ਕਕਸ਼ਾ ਕੀ ਗਤੀਵਿਧੀਆਂ ਤੱਕ ਪਹੁੰਚ ਔਰ ਬਹਿ ਕਕਸ਼ਾ ਕੀ ਕਿਰਿਆ ਮੇਂ ਸ਼ਾਮਲ ਹੋ। ਚਲੋ ਦੇਖ ਲੈਂਦੇ ਹਾਂ, ਸਭੀ ਬੱਚੋਂ ਕੋ ਸਮਾਨ ਪਾਠਿਆਚਾਰਿਆ ਕਾ ਪਾਲਨ ਕਰਨਾ ਚਾਹੀਏ, ਸਭੀ ਸ਼ਿਕਸ਼ਾਰਥੀਓ ਕੇ ਲੀਏ ਸਮਾਨ ਸ਼ਿਕਸ਼ਾ ਸ਼ਾਸਤਰ ਅਪਣਾਉਣਾ ਚਾਹੀਏ। ਦੇਖੋ ਆਂਸਰ ਇਹ ਵੀ ਗਲਤ ਹੈ, ਆਂਸਰ ਪਹਿਲਾਂ ਵੈਸੇ ਦੇਖਣ ਨੂੰ ਲੱਗਦਾ ਸਹੀ ਪਰ ਗਲਤ ਕਿਉਂ ਆ, ਕਿਉਂਕਿ ਬੱਚੇ ਅਲੱਗ ਕਲਾਸ ਦੇਖੋ ਸਮਾਵੇਸ਼ੀ ਹੈ ਵੀ ਹਰੇਕ ਬੱਚੇ ਨੂੰ ਤਾਂ ਅਸੀਂ ਲਿਆਵਾਂਗੇ, ਬੱਚੇ ਸਾਰੇ ਤਰ੍ਹਾਂ ਦੇ ਹੋਣਗੇ, ਪਰ ਉਹਦੀ ਜ਼ਰੂਰਤ ਦੇ ਅਨੁਸਾਰ ਸਿਖਾਵਾਂਗੇ ਉਹਨੂੰ, ਵੀ ਐਂ ਥੋੜ੍ਹੀ ਆ ਹਰੇਕ ਨੂੰ ਇੱਕੋ ਜਿਹਾ ਸਿਖਾਵਾਂਗੇ। ਬੱਚੇ ਸਾਰੇ ਤਰ੍ਹਾਂ ਦੇ ਹੋਣੇ ਚਾਹੀਦੇ ਆ, ਪਰ ਸਿਖਾਇਆ ਹਰੇਕ ਨੂੰ ਇੱਕੋ ਜਿਹਾ ਨਹੀਂ ਜਾ ਸਕਦਾ ਉਹਦੇ ਵਿੱਚ, ਕਿਉਂਕਿ ਹਰੇਕ ਦਾ ਅਲੱਗ ਅਲੱਗ ਸਿੱਖਣਾ ਹੁੰਦਾ, ਫਿਰ ਇਸ ਲਈ ਸਮਾਨ ਨਹੀਂ ਸਿਖਾਵਾਂਗੇ ਸਾਰਿਆਂ ਨੂੰ। ਇਹ ਗਲਤ ਹੋ ਗਿਆ ਪਹਿਲਾਂ ਵੀ, ਆਂਸਰ ਇੱਕ ਹੀ ਬਚ ਗਿਆ ਆਪਣੇ ਕੋਲ, ਸਭੀ ਬੱਚੋਂ ਕੀ ਕਕਸ਼ਾ ਕੀ ਗਤੀਵਿਧੀਆਂ ਤੱਕ ਪਹੁੰਚ ਔਰ ਬਹਿ ਕਕਸ਼ਾ ਕੀ ਕਿਰਿਆ ਮੇਂ ਸ਼ਾਮਲ ਕਰੇਂਗੇ। ਸੋ ਆਂਸਰ 3 ਹੋਏਗਾ। ਉਸ ਤੋਂ ਬਾਅਦ ਨੈਕਸਟ ਅਗਲਾ ਕੁਐਸਚਨ ਤੁਹਾਡੀ ਸਕਰੀਨ 'ਤੇ ਆ, 15 ਨੰਬਰ। ਤੋ ਇਹ ਕਹਿੰਦੇ ਵੀ ਲਿਵ ਵਾਇਗੋਸਤੀ ਕੇ ਸਿਧਾਂਤ ਕੇ ਅਨੁਸਾਰ ਛਾਤਰੋਂ ਕੇ ਸਿੱਖਣੇ ਕੇ ਅਨੁਭਵ ਕੋ ਬਿਹਤਰ ਬਣਾਉਣੇ ਕੇ ਲੀਏ ਨਿਮਨਲਿਖਤ ਮੇਂ ਸੇ ਕੌਨ ਸਾ ਇੱਕ ਅਨੁਸ਼ਾਸਿਤ ਦ੍ਰਿਸ਼ਟੀਕੋਣ ਹੈ, ਅਨੁਸ਼ਾਸਿਤ ਦ੍ਰਿਸ਼ਟੀਕੋਣ ਹੈ, ਠੀਕ ਹੈ। ਸੋ ਛਾਤਰੋਂ ਕੋ ਐਸਾ ਕਾਮ ਪ੍ਰਦਾਨ ਕੀਆ ਕਰਨਾ ਜਿਸਸੇ ਵੈ ਵਿਅਕਤੀਗਤ ਰੂਪ ਸੇ ਪ੍ਰਬੰਧਿਤ ਔਰ ਪੂਰਾ ਕਰ ਸਕੇ, ਠੀਕ ਹੈ। ਦੇਖ ਲੈਂਦੇ ਹਾਂ, ਉਸ ਤੋਂ ਬਾਅਦ ਇੱਕ ਵਾਰੀ ਦੁਬਾਰਾ ਪੜ੍ਹ ਲੈਣੇ, ਕੁਝ ਲੀ ਬਾਇਗੋਸਤੀ ਕੇ ਸਿਧਾਂਤ ਕੇ ਅਨੁਸਾਰ ਛਾਤਰੋਂ ਕੋ ਸਿੱਖਣੇ ਕੇ ਅਨੁਭਵ ਕੋ ਬਿਹਤਰ ਬਣਾਉਣੇ ਕੇ ਲੀਏ ਨਿਮਨਲਿਖਤ ਮੇਂ ਕੌਨ ਸਾ ਅਨੁਸ਼ਾਸਿਤ ਦ੍ਰਿਸ਼ਟੀਕੋਣ ਹੈ, ਠੀਕ ਹੈ। ਸੋ ਛਾਤਰੋਂ ਕੋ ਐਸਾ ਕਾਮ ਪ੍ਰਦਾਨ ਕਰਨਾ ਕਿ ਜੋ ਉਨਕੀ ਸਮਝ ਕੇ ਵਰਤਮਾਨ ਸਤਰ ਸੇ ਪੂਰੀ ਤਰ੍ਹਾਂ ਅਸੰਬੰਧਿਤ, ਇਹ ਤਾਂ ਇਹ ਵੀ ਗਲਤ ਹੋ ਗਿਆ, ਠੀਕ ਹੈ, ਅਸੰਬੰਧਿਤ ਨਹੀਂ ਹੋਏਗਾ। ਛਾਤਰੋਂ ਕੇ ਵਰਤਮਾਨ ਸਤਰ ਪਰ ਆਧਾਰ ਤੋਂ ਉਨਕੋ ਉਚਿਤ ਸਮਰਥਨ ਔਰ ਮਾਰਗਦਰਸ਼ਨ, ਮਾਰਗਦਰਸ਼ਨ ਕੇ ਸਾਥ ਕਾਮ ਪ੍ਰਦਾਨ ਕਰਨਾ, ਬਿਲਕੁਲ ਉਚਿਤ ਹੋਣਾ ਚਾਹੀਦਾ, ਮਾਰਗਦਰਸ਼ਨ ਸਮਰਥਨ ਵੀ ਉਹਨਾਂ ਨੂੰ ਦੇਣਾ ਚਾਹੀਦਾ। ਇਹ ਬਿਲਕੁਲ ਤੁਹਾਡਾ 3 ਸਹੀ ਹੋਊਗਾ, 3 ਤੁਹਾਡਾ ਬਿਲਕੁਲ ਸਹੀ ਹੋਊਗਾ। ਉਸ ਤੋਂ ਬਾਅਦ ਹੇਂਜ ਦੁਵਿਧਾ, ਹੇਂਜ ਦੁਵਿਧਾ ਸਿੱਧੀ ਕੋਲ ਵਰਗ ਨਾਲ ਜੁੜੀ ਹੋਈ ਹੈ, ਸਿੰਪਲ ਜੀ ਗੱਲ ਹੈਗੀ ਹੈ, ਠੀਕ ਹੈ। ਸੋ ਇਹ ਪੜ੍ਹ ਲੈਣੇ ਕਿ ਵੀ ਹੇਂਜ ਕੀ ਦੁਵਿਧਾ ਕੋ ਪੇਸ਼ ਕੀਏ ਜਾਣੇ ਪਰ ਅਣੀਮਾ ਤਰਕ ਦੇਤੀ ਹੈ, ਕਾਨੂੰਨ ਇਨ ਪ੍ਰਸਥਿਤੀਓ ਕੇ ਲੀਏ ਸਥਾਪਿਤ ਨਹੀਂ ਕੀਆ ਗਿਆ ਥਾ, ਇਸ ਸਥਿਤੀ ਮੇਂ ਦਵਾ ਲੈਣਾ ਵਾਸਤਵ ਮੇਂ ਸਹੀ ਨਹੀਂ ਹੈ, ਲੇਕਿਨ ਜੈ ਉਚਿਤ ਹੈ। ਦੇਖੋ ਦੋਨੇ ਗੱਲਾਂ ਕਰ ਗਈ, ਕਹਿੰਦਾ ਵੀ ਦੁਵਿਧਾ 'ਚ ਪੈ ਗਿਆ ਕੰਮ। ਸੋ ਇਹਦੇ ਲਈ ਫਿਰ ਕੀ ਆਏਗਾ, ਤਾਂ ਇਹਦਾ ਰਾਈਟ ਆਂਸਰ ਹੋਊਗਾ, ਇਹ ਕਿਹੜੀ ਸਟੇਜ 'ਤੇ ਅਜਿਹੀ ਗੱਲ ਹੁੰਦੀ ਹੈ, ਠੀਕ ਹੈ। ਲਾਰੈਂਸ ਕੋਲਬਰਗ ਦੇ ਸਿਧਾਂਤ ਅਨੁਸਾਰ ਅੜਿਮਾ ਨੈਤਿਕ ਵਿਕਾਸ ਕੀ ਕੌਣ ਸੀ ਅਵਸਥਾ ਮੇਂ ਹੈ, ਸੋ ਇਹਦਾ ਰਾਈਟ ਆਂਸਰ ਹੋਊਗਾ ਸਮਾਜਿਕ ਸਰੋਕਾਰ ਔਰ ਵਿਵੇਕ, ਵੀ ਦੋਨੇ ਗੱਲਾਂ ਸੋਚ ਰਹੀ ਹੈ ਵੀ ਇਹ ਵੀ ਨਾ ਇਹ ਵੀ, ਹੈ ਨਾ। ਸੋ ਰਾਈਟ ਆਂਸਰ ਇਹਦਾ 2 ਆਊਗਾ, ਠੀਕ ਹੈ। ਨੈਕਸਟ ਅਗਲਾ, ਇਹ ਅਗਲਾ ਕੁਐਸਚਨ ਹੈਗਾ ਵੀ ਗਣਿਤ ਮੇਂ ਆਪਣੇ ਖਰਾਬ ਅੰਕੋਂ ਕੇ ਬਾਰੇ ਮੇਂ ਬਾਤ ਕਰਤੇ ਹੋਏ ਅਭੀ ਅਭੀ ਕਹਿਤਾ ਹੈ, ਮੁਝੇ ਅੰਕੋਂ ਕੀ ਸਮਝ ਨਹੀਂ ਹੈ, ਅਭੀ ਆਪਣੇ ਪ੍ਰਦਰਸ਼ਨ ਕਾ ਕਾਰਨ ਕਿਸ ਕੋ ਠਹਿਰਾ ਰਿਹਾ ਹੈ। ਸੋ ਇਹਦਾ ਰਾਈਟ ਆਂਸਰ ਹੋਊਗਾ ਯੋਗਤਾ ਦੀ ਘਾਟ ਹੀ ਆਂਸਰ 1 ਆਊਗਾ ਇਹਦਾ, ਬਿਲਕੁਲ। ਕਿਸਮਤ ਤਾਂ ਦੇਖੋ ਕਿਸਮਤ ਤਾਂ ਮੰਨਣੀ ਨਹੀਂ ਚਾਹੀਦੀ, ਮੈਂ ਤੁਹਾਨੂੰ ਕਹਿਣਾ ਵੀ ਕਿਸਮਤ ਤਾਂ ਕੰਮ ਕਰੂ ਜੇ ਮਿਹਨਤ ਕਰਾਂਗੇ, ਨਾ ਕਾਰ ਐਕਸ਼ਨ ਇਹ ਵੀ ਨਹੀਂ ਕੋਸ਼ਿਸ਼ ਕੀ ਕਮੀ, ਕੋਸ਼ਿਸ਼ ਤਾਂ ਹਰੇਕ ਹੀ ਕਰਦਾ, ਕੋਸ਼ਿਸ਼ ਤਾਂ ਤੁਸੀਂ ਵੀ ਕੀਤੀ ਹੈ ਸਾਰਿਆਂ ਨੇ ਪੇਪਰ ਦੇ ਵਿੱਚ, ਠੀਕ ਹੈ। ਚਲੋ ਉਹ ਹੁਣ ਕੰਮ ਕੀ ਕਰੂਗਾ, ਠੀਕ ਹੈ, ਮਿਹਨਤ ਕੰਮ ਕਰੂਗੀ, ਠੀਕ ਹੈ। ਸੋ ਇੱਥੇ ਪਰ ਯੋਗਤਾ ਦਾ ਅਭਾਵ, ਰਾਈਟ ਆਂਸਰ ਹੋਊਗਾ ਇਹਦਾ 1 ਆਊਗਾ, ਠੀਕ ਹੈ। ਨੈਕਸਟ ਅਗਲਾ, ਅਗਲਾ ਕੁਐਸਚਨ ਤੁਹਾਡੀ ਸਕਰੀਨ 'ਤੇ, ਜਬ ਕੁਛ ਬੱਚੇ 12 ਮਹੀਨੇ ਕੀ ਉਮਰ ਮੇਂ ਬੜਬੜਾ ਨਾ ਔਰ ਦੋ ਸ਼ਬਦੋਂ ਕੋ ਵਾਕਿਆ ਬੋਲਣਾ ਸ਼ੁਰੂ ਕਰ ਦਿੱਤੇ ਹੈ, ਤੋ ਅੰਨਿਆ 20 ਮਹੀਨੇ ਕੀ ਉਮਰ ਤੱਕ ਐਸਾ ਨਹੀਂ ਕਰਦੇ। ਇਹ ਬਿਲਕੁਲ ਸਹੀ ਗੱਲ ਆ, ਆਪਾਂ ਨੂੰ ਪਤਾ ਕਿਉਂਕਿ ਬੱਚੇ ਛੋਟੇ ਹੁੰਦੇ, ਉਦੋਂ ਜਦੋਂ 20 ਮਹੀਨੇ ਦੀ ਉਮਰ ਫਿਰ ਬੋਲਣਾ ਸਿੱਖ ਜਾਂਦੇ, ਇਹ ਗੱਲ ਸਹੀ ਹੈ ਬਿਲਕੁਲ, ਠੀਕ ਹੈ। ਵਿਕਾਸਾਤਮਕ ਪ੍ਰਤੀਮਾਨ ਕੇਵਲ ਸੰਕੇਤਕ ਔਰ ਵਿਅਕਤੀਗਤ ਬੱਚੋਂ ਕਾ ਵਿਕਾਸ ਕਾਫੀ ਭਿੰਨ ਹੋ ਸਕਦਾ ਹੈ,
विकासात्मक प्रतिमान केवल संकेतिक और व्यक्तिगत बच्चों का विकास काफ़ी भिन्न हो सकता है। ठीक है, यदि देखो पहली गल तो सही है, पहली गल बिल्कुल सही हैगी है, पहली गल बिल्कुल सही हैगी है। सो दूसरी गल आप देख लेने एक बार, तो यदा राइट आंसर ताडा आना चाहिए हैगा, दोनों ही लगभग सही हैगियाँ। ठीक है, आंसर दो आऊगा। ठीक है, आंसर यदा की आऊगा, दो आऊगा। दोनों ही सही है, एक दूजे की व्याख्या कर रही हैं, दोनों ही सही है तो एक दूजे की क्या कर रही है, व्याख्या कर रही हैं। ठीक है, वैसे डाउट वाला कोई गल नहीं, आंसर आप दो रखांगे। चलो जी नैक्सट, अगला क्वेश्चन, निम्नलिखित में कौन सा एक अच्छी तरह से तैयार किए गए आलोचनात्मक सोच वाले प्रश्न की विशेषता नहीं करता, मतलब इन चो चार ऑप्शन चो कि गल है जी क्रिटिकल थिंकिंग नाल संबंध नहीं हैगी। ठीक है, सो कि चीज़ हो सकती है जी आलोचनात्मक सोच नाल संबंध नहीं हैगी। सुनता भी आलोचना तो सोच के समस्या आती है, बहुत डूंगा सोचा जाता है ना, बख बख एरिए सोचा जाता, कहीं भी उच्च क्षत्रीय सोच समस्या संबंधन कौशल को बढ़ावा देना। देखो ये मैं सुनो ऑलरेडी पहली दसता सी ना तुम्हें, पिछले क्वेश्चन है, देखो क्वेश्चन रिपीट हो गया बिल्कुल सेम आ, हम पिछले दस के हैं भी ये बिल्कुल ये सही गल है, ये राही आलोचना के लिए सही गल है, वो आंसर आया सी ना आलोचना वास्ते सही गल कि है, गल सही है। ठीक है, सेम क्वेश्चन दोबारा रिपीट हो जाता। सो जय खुला खुले प्रश्न ओपन एंडेड क्वेश्चन होंगे ये भी, जिन्हें मर्जी क्वेश्चन छोड़ दो, बंद की सोच में क्रिटिकल बना दो, है ना। सो ये भी बिल्कुल सही है, इन्होंने पूछा गलत नहीं। सो मुख तथ्या तमक जानकारी आधारित भी एक ही तत्ते मुख तत्ते भी लगे रहो, एक गल गलत है। सो यही गल गलत है। सो राइट आंसर यदा तीन आऊगा, राइट आंसर होगा तीन तोड़ा। ठीक है, उस तो बाद अगला क्वेश्चन तुम्हारी स्क्रीन पर आने जा रहा, तुम देख लो, कहते शिक्षकों को बच्चों के साथ काम करते समय लगातार अपने संभ्या के दृष्टिकोण और पूर्व ग्रहों की जाँच करनी चाहिए, समस्या समाधान की प्रक्रिया कार्यात्मक स्थिरता से बाधित है। ठीक है, सो यदा राइट आंसर की होएगा, दोनों ही गल्लां लगभग सही लग रही हैं जा नहीं, नहीं, समस्या समाधान की प्रक्रिया कार्यात्मक स्थिरता से बाधित है, फंक्शनल फिक्सनल है, ये गलत हो गया। फंक्शनल फिक्सनल ऐसे नहीं, फिक्स नहीं कर सकते असी। ठीक है, सो समस्या दे विच असी फिक्स वाला सिस्टम की है नहीं कर सकते। सर राइट आंसर यदा की होगा, राइट आंसर ए सही है, भाव कहने का मतलब तुहाडा आंसर, एक सैकेंड वेट करो, ए तुहाडा आंसर सही है, आर तुहाडा गलत, आंसर यदा चार आऊगा, यदा आंसर आऊगा चार। ठीक है, अगला नैक्सट क्वेश्चन तुहाडी स्क्रीन पर, 21 नंबर आ गया। सो विविध सांस्कृतिक पृष्ठभूमि से छात्रों की जरूरतों को पूरा करने के लिए कक्षा शिक्षण को सांस्कृतिक रूप से उत्तरदायी होना चाहिए, लगभग सही है गलत। दूसरी गल कहते कक्षा में समता केवल आ गया, मानकीकृत पाठ्यचरण व आकलन के द्वारा सुनिश्चित की जाती है, दूसरी गल गलत है। देखो केवल आ गया, केवल तो गलत ही होंगे। सो पहली गल सही है, फिर आंसर की बनूगा, आंसर यदा भी चार बनूगा, यदा भी आंसर चार बनूगा। ठीक है, यदा भी आंसर चार ही बनेगा, बिल्कुल ताड़ा सही है चार। नैक्सट, उस तो बाद हॉवर्ड गार्डन ने बहुत बुद्धि की गल की है, फिर वो बख बख बुद्धियों की गल करूगा, सूँ पता है। सो बुद्धि केवल गलत है, बुद्धि सभी लोग दुनिया में समान रूप से नहीं, समान नहीं कहता, वो कहता अलग अलग ने। सो अलग अलग फिर आ पे आंसर पे कहना, अलग अलग आजामी में लोगों की अलग अलग योग्यताएं होती है, तो बिल्कुल सही आंसर तीन आऊगा, बहुत सौखा सी। उस तो बाद अगला, निम्नलिखित में कौन सी सार्थक सीखने के लिए एक प्रभावी स्मृति की तकनीक नहीं है, भी याद कराने वास्ते इन चो कि प्रभावी तकनीक नहीं, किसी चीज़ को याद कराना है ना, तो भी रट्टे नहीं लवाने, कहने का मतलब एक ही आंसर है यार, ये तो रट्टे नहीं लवा सकते अपना, बार बार दोहरा के रट्टे नहीं लवाने अपना। ठीक है, प्रभावी तकनीक नहीं है, वैसे पुरानी पहला वरती होती सी तकनीक, पर यह प्रभाव नहीं पा सकती, प्रभावशाली तकनीक नहीं हैगी, बाकी सारिया चीज़ें की है प्रभावी ने। सो आंसर यदा गलत पूछा सी, आंसर होगा दो। नैक्सट क्वेश्चन ने, निम्नलिखित में से अवधारणा के निरूपण का कौन सा कर्म बच्चों की संज्ञात्मक क्षमताओं के उत्तर विकास के अनुसार है,
ਕਹਿੰਦਾ ਵੀ ਵਿਕਾਸ ਦੀ ਪ੍ਰਕਿਰਿਆ ਦੇ ਵਿੱਚ ਦੱਸਿਆ ਵੀ ਵਿਕਾਸ ਬੱਚਿਆਂ ਵਿੱਚ ਕਿਵੇਂ ਹੁੰਦਾ। ਸੋ ਸਭ ਤੋਂ ਪਹਿਲਾਂ ਬੱਚਾ ਤੁਹਾਨੂੰ ਪਤਾ ਜਨਮਦਾ, ਹੱਥ ਪੈਰ ਹਿਲਾਉਂਦਾ, ਕਿਰਿਆ ਕਰਦਾ, ਕਿਰਿਆ ਆਧਾਰਤ, ਛਵੀ ਆਧਾਰਤ, ਸੰਕੇਤ ਆਧਾਰਤ, ਫਿਰ ਬਾਅਦ 'ਚ ਸੰਕੇਤਾਂ ਵੱਲ ਜਾਂਦਾ। ਸੋ ਇਹਦਾ ਰਾਈਟ ਆਨਸਰ ਸਿੰਪਲ ਆਊਗਾ, ਕਿਰਿਆ ਸਭ ਤੋਂ ਪਹਿਲਾਂ ਹੁੰਦੀ ਹੈ, ਤਾਂ ਇਹ 'ਚ ਨਹੀਂ ਹੈਗੀ ਕਿਰਿਆ, 'ਚ ਨਹੀਂ ਹੈਗੀ, ਇਹ 'ਚ ਨਹੀਂ ਹੈਗੀ, ਆਨਸਰ ਆਊਗਾ ਦੋ, ਕਿਰਿਆ ਸਭ ਤੋਂ ਪਹਿਲਾਂ ਹੋਏਗੀ। ਸੋ ਨੈਕਸਟ, ਉਸ ਤੋਂ ਬਾਅਦ ਅਗਲਾ ਕੁਐਸਚਨ ਦਾ ਡਿਸਕਸ਼ਨ, ਸ਼ਿਕਸ਼ਕੋਂ ਕੋ ਕਕਸ਼ਾ ਮੇਂ ਪ੍ਰਸ਼ਨ ਪੂਛਨੇ ਪਰ ਧਿਆਨ ਦੇਣਾ ਚਾਹੀਏ, ਨਿਰਦੇਸ਼ ਦੇਣੇ ਕੀ ਬਜਾਏ ਉਹਨੇ ਪ੍ਰਸ਼ਨ ਪੁੱਛਣੇ। ਬਿਲਕੁਲ ਸਹੀ ਆ, ਜੇ ਮੈਂ ਆਪਾਂ ਕਹਿੰਦੇ ਰੱਟਾ ਨਹੀਂ ਲਵਾਉਣਾ, ਨਿਰਦੇਸ਼ ਦੇ ਹਦਾਇਤਾਂ ਦੀ ਉਹ ਕਰ ਲਓ, ਉਹ ਕਰ ਲਓ, ਇਹ ਨਹੀਂ ਕਰਨਾ ਚਾਹੀਦਾ। ਪ੍ਰਸ਼ਨਾਂ ਲਈ ਵੀ ਹਰੇਕ ਬੱਚਾ ਖੜਾ ਹੋ ਕੇ ਪ੍ਰਸ਼ਨ ਪੁੱਛੇ, ਪ੍ਰਸ਼ਨ ਪੁੱਛਣ ਨਾਲ ਜ਼ਿਆਦਾ ਸਿੱਖਦਾ। ਪਹਿਲੀ ਗੱਲ ਸਹੀ ਹੈਗੀ। ਦੂਸਰੀ ਗੱਲ ਕਹਿੰਦੇ ਬਾਲ ਕੇਂਦਰ ਅਤੇ ਸ਼ਿਕਸ਼ਾ ਸ਼ਾਸਤਰ ਕਾ ਅਰਥ ਹੈ ਕਕਸ਼ਾ ਮੇਂ ਬੱਚੋਂ ਕੀ ਆਵਾਜ਼ ਕੋ ਮਹੱਤਵ ਦੇਣਾ ਔਰ ਉਨਕੀ ਉਨਕੀ ਪ੍ਰਤੀਭਾਗੀਤਾ ਕੋ ਸੁਨਿਸ਼ਚਿਤ ਕਰਨਾ। ਦੂਸਰੀ ਗੱਲ ਵੀ ਸਹੀ ਲੱਗ ਰਹੀ ਹੈ, ਇੱਕ ਸੈਕਿੰਡ। ਬਾਲ ਕੇਂਦਰ ਸ਼ਿਕਸ਼ਾ ਮੇਂ ਅਰਥ ਹੈ ਕਿ ਕਕਸ਼ਾ ਮੇਂ ਬੱਚੋਂ ਕੀ ਆਵਾਜ਼ ਕੋ, ਹਾਂ ਦੋਨੇ ਹੀ ਗੱਲਾਂ ਸਹੀ ਹੈ, ਦੋਨੇ ਹੀ ਗੱਲਾਂ ਸਹੀ ਨੇ। ਫਿਰ ਆਨਸਰ ਕੀ ਹੋਊਗਾ? ਸੋ ਦੋਨੇ ਗੱਲਾਂ ਸਹੀ ਨੇ ਅਤੇ ਦੋਨੇ ਇੱਕ ਦੂਜੇ ਦੀ ਫਿਰ ਵਿਆਖਿਆ ਵੀ ਕਰ ਰਹੇ ਹੋਣੇ। ਸੋ ਰਾਈਟ ਆਨਸਰ ਇਹਦਾ 2 ਹੋਊਗਾ, ਦੋਨੇ ਸਹੀ ਹੈ, ਦੋਨੇ ਇੱਕ ਦੂਜੇ ਦੀ ਕੀ ਕਰ ਰਹੇ ਆ, ਵਿਆਖਿਆ ਕਰ ਰਹੇ ਆ। ਦੋਨੋਂ ਹੀ ਸਹੀ ਹੈ, ਦੋਨੋਂ ਹੀ ਸਹੀ ਹੈ ਆਨਸਰ, ਬਿਲਕੁਲ ਤੁਹਾਡਾ ਸਹੀ ਹੈ 2। ਉਸ ਤੋਂ ਬਾਅਦ ਅਗਲਾ ਕੁਐਸਚਨ, ਨੈਕਸਟ ਕੁਐਸਚਨ ਤੁਹਾਡੀ ਸਕਰੀਨ 'ਤੇ ਆ ਗਿਆ। ਜਾਗ੍ਰਿਤੀ ਕੋ ਪਤਾ ਚੱਲ ਗਿਆ ਹੈ ਕਿ ਉਸਕਾ ਕੁੱਤਾ ਕੀ ਲਿਖਿਆ, ਰਸਟੀ, ਉੱਪਰ ਰਸਟੀ ਲਿਖਿਆ ਇੰਗਲਿਸ਼ ਦੇ ਵਿੱਚ, ਚਲੋ ਇੱਥੇ ਰਸਟੀ, ਹਾਂ ਰਸਟੀ ਲਿਖਿਆ, ਠੀਕ ਹੈ। ਰਸਟੀ ਇੱਕ ਗੋਲਡਨ ਰਿਵੀਟਰ ਹੈ। ਸੋ ਕਹਿੰਦਾ ਵੀ ਗੋਲਡਨ ਰਿਵੀਟਰ ਕੀ ਹੈ, ਇੱਥੇ ਇੱਕ ਤਰ੍ਹਾਂ ਦਾ ਵੀ ਕੁੱਤੇ ਦੀ ਕਿਸਮ ਹੈ, ਠੀਕ ਹੈ। ਸੋ ਜਬ ਬੈ ਇੱਕ ਔਰ ਕੁੱਤੇ ਕੋ ਦੇਖਦੀ ਹੈ ਜੋ ਰਸਟੀ ਜੈਸਾ ਦਿਖਤਾ ਹੈ ਲੇਕਿਨ ਇੱਕ ਅਲੱਗ ਨਸਲ ਕਾ ਹੈ, ਤੋ ਬੈ ਉਸੇ ਵੀ ਕੁੱਤਾ ਹੀ ਸਮਝਦੀ ਹੈ। ਜੀਨ ਪਿਆਜੇ ਕੇ ਸੰਗਿਆਤਮਕ ਵਿਕਾਸ ਕੇ ਸਿਧਾਂਤ ਕੇ ਅਨੁਸਾਰ ਜੈ ਕਿਸ ਅਵਧਾਰਨਾ ਕੀ ਪ੍ਰਦਰਸ਼ਿਤ ਕਰਦਾ ਹੈ। ਸੋ ਕਹਿਣ ਦਾ ਮਤਲਬ ਇਹ ਕੁਐਸਚਨ ਕੀ ਹੈ ਵੀ ਜਾਗ੍ਰਿਤੀ ਨੇ ਇੱਕ ਕੁੱਤਾ ਦੇਖਿਆ, ਇੱਕ ਨਸਲ ਦਾ ਕੁੱਤਾ ਦੇਖਿਆ, ਠੀਕ ਹੈ। ਸੋ ਉਸ ਤੋਂ ਹੋਰ ਕੁੱਤੇ ਨੇ ਉਹਨੂੰ ਵੀ ਸੇਮ ਉਹੀ ਚੀਜ਼ ਸਮਝ ਰਹੀ ਹੈ, ਤਾਂ ਇਹਦਾ ਮਤਲਬ ਕੀ ਹੈ, ਅਸਿਮੀਲੇਸ਼ਨ ਹੁੰਦਾ ਇੱਥੇ। ਸੋ ਅਸਿਮੀਲੇਸ਼ਨ ਰਾਈਟ ਆਂਸਰ ਹੋਊਗਾ ਇਹ, ਸਮਾਜੋਜਨ ਦੀ ਹੋ ਰਹੀ ਹੈ, ਤਾਂ ਇਹਦੇ ਸਮਾਜੋਜਨ ਦੀ ਗੱਲ ਹੋ ਰਹੀ ਹੈ, ਰਾਈਟ ਆਂਸਰ ਹੋਊਗਾ ਏ। ਅਗਲਾ ਨੈਕਸਟ ਜਿਹੜੇ ਓਬਜੈਕਟ ਪਰਮਾਨੈਂਸ ਲਾਏ ਉਹਨਾਂ ਦਾ ਗਲਤ ਓਬਜੈਕਟ ਪਰਮਾਨੈਂਸ ਇਹ ਨਹੀਂ ਹੁੰਦੀ, ਤੁਹਾਨੂੰ ਬਹੁਤ ਬੜੀ ਸਮਝਾਇਆ, ਉਹ ਤਾਂ ਵਸਤੂ ਦਾ ਜਿਹੜੇ ਬੱਚੇ ਦੇ ਅੰਦਰ ਤਸਵੀਰ ਛਾਪ ਜਾਂਦੀ ਆਪਾਂ ਲੁਕੋ ਲਈਏ, ਬਾਅਦ 'ਚ ਉਹ ਵਸਤੂ ਉਹੀ ਲੱਭ ਲੈਂਦਾ ਹੁੰਦਾ, ਉਹ ਜਿੰਦੀ ਓਬਜੈਕਟ ਪਰਮਾਨੈਂਸ। ਅਗਲਾ ਕੁਐਸਚਨ ਤੁਹਾਡੀ ਸਕਰੀਨ 'ਤੇ, ਐਸੇ ਬੱਚੇ ਜਿਹਨੇ ਬਹੁਤ ਕਮ ਉਮਰ ਸੇ ਗੰਭੀਰ ਸਮਾਜਿਕ ਅਭਾਵ ਕਾ ਅਨੁਭਵ ਕੀਆ ਹੈ, ਆਮ ਤੌਰ ਪਰ ਉਨਕੇ ਵਿਕਾਸ ਮੇਂ ਦੇਰੀ ਜਾਂ ਬਾਧਾ ਉਤਪੰਨ ਹੋਤੀ ਹੈ ਔਰ ਪੁਨਰਵਾਸ ਕੇ ਬਾਵਜੂਦ ਵਿਕਾਸ ਕੇ ਕੁਛ ਖੇਤਰੋਂ ਮੇਂ ਸੁਧਾਰ ਅਧੀਨਸਥਿਆ ਹੋਣੇ ਕੀ ਸੰਭਾਵਨਾ ਹੈ, ਜੈ ਅਵਧੀ ਜਿਸਮੇਂ ਵਿਕਾਸ ਪਰਿਆਵਰਨੀ ਸਮਰਥਨ ਸੇ ਮਹੱਤਵਪੂਰਨ ਰੂਪ ਸੇ ਪ੍ਰਭਾਵਿਤ ਹੋਤਾ ਹੈ, ਡੈਸ਼ ਕਹਿਲਾਤੀ ਹੈ। ਸੋ ਇਸਦਾ ਰਾਈਟ ਆਂਸਰ ਕੀ ਹੋਊਗਾ, ਸਹਿਜ ਕਾਲ ਨਹੀਂ ਹੋਏਗਾ, ਨਿਗਨਾਤਮਕ ਵੀ ਅਵਧੀ ਇਹਦਾ ਕੋਈ ਮਸਲ ਨਹੀਂ ਹੈਗਾ, ਠੀਕ ਹੈ। ਸੋ ਸਮਾਜਿਕ ਅਭਾਵ ਕਾ ਅਨੁਭਵ ਕੀ ਹੈ, ਤਾਂ ਆਮ ਤੌਰ ਪਰ ਉਨਕੇ ਵਿਕਾਸ ਮੇਂ ਦੇਰੀ ਮੇਂ ਬਾਧਾ ਉਤਪੰਨ ਹੋਤੀ ਹੈ, ਵਿਕਾਸ ਨਾਲ ਸੰਬੰਧ ਹੈਗਾ, ਠੀਕ ਹੈ। ਸਾਰਾ ਸਿਸਟਮ ਬੱਚੇ ਦੇ ਵਿਕਾਸ ਨਾਲ ਸੰਬੰਧ ਹੈ, ਬਾਵਜੂਦ ਵਿਕਾਸ ਕੇ ਕੁਛ ਖੇਤਰੋਂ ਮੇਂ ਸੁਧਾਰ ਅਧੀਨਸਥਿਤ ਹੋਣੇ ਕਿ ਕੁਛ ਖੇਤਰੋਂ ਮੇਂ, ਮਤਲਬ ਇੱਕ ਸੰਵੇਦਨ ਸੈਂਸਿਟਿਵ ਮੁੱਦਾ ਹੋ ਗਿਆ, ਇਹ ਸੰਵੇਦਨਸ਼ੀਲ ਹੋ ਗਿਆ। ਸੋ ਰਾਈਟ ਆਂਸਰ ਫਿਰ ਕੀ ਹੋਊਗਾ, ਰਾਈਟ ਆਂਸਰ ਹੋਊਗਾ ਤੁਹਾਡਾ ਇੱਕ, ਠੀਕ ਹੈ। ਸੈਂਸਿਟਿਵ ਆ ਵੀ ਆਪਾਂ ਸੋਚ ਰਹੇ ਬੱਚੇ ਦਾ ਵਿਕਾਸ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਠੀਕ ਹੈ। ਆਪਾਂ ਸੋਚ ਲਈਏ ਵੀ ਯਾਰ ਬੱਚੇ ਨੂੰ ਛੋਟੀ ਉਮਰ 'ਚ ਉਹਦਾ ਕੋਈ ਅੰਗ ਪੈਰ ਨਹੀਂ ਚੱਲ ਰਿਹਾ ਜਾਂ ਉਹਨੂੰ ਘੱਟ ਦਿਖਾਈ ਰਿਹਾ ਵੀ ਵੱਡਿਆ ਹੋਏ ਦੇਖੂ ਜਾਂ ਨਹੀਂ ਦੇਖੂ, ਇੱਦਾਂ ਇਹ ਸੈਂਸਿਟਿਵ ਮੁੱਦਾ ਹੋ ਗਿਆ, ਸੰਵੇਦਨਸ਼ੀਲ ਆਪਦੀ ਹੋ ਗਿਆ। ਸੋ ਰਾਈਟ ਆਂਸਰ ਹੋਊਗਾ ਫਿਰ ਕੀ ਹੈਗਾ, ਆਂਸਰ ਤੁਹਾਡਾ ਹੋਊਗਾ ਇੱਕ। ਨੈਕਸਟ, ਉਸ ਤੋਂ ਬਾਅਦ ਦੁਹਰਾਵ ਔਰ ਬਾਰੰਬਾਰ ਕੀਏ ਜਾਣੇ ਵਾਲੇ ਵਿਵਹਾਰ ਕਿਸ ਕੀ ਵਿਸ਼ਿਸ਼ਟ ਪਹਿਚਾਣ ਹੈ,
ਵਾਰ ਵਾਰ ਇੱਕ ਚੀਜ਼ ਨੂੰ ਕਰਨਾ, ਠੀਕ ਹੈ, ਰਿਪੀਟਡ ਚੀਜ਼ਾਂ ਕਰਨੀਆਂ। ਸੋ ਆਪਾਂ ਕਹਿੰਦੇ ਬਾਂਦਰ ਵਾਲਾ ਕੰਮ ਕਰਨਾ, ਜਿਵੇਂ ਕਹਿੰਦੇ ਵੀ ਬਾਂਦਰ ਕੀ ਹੈ, ਇੱਕ ਹੀ ਕੰਮ ਕਰੀ ਜਾਂਦਾ ਕਿ ਛਾਲ ਮਾਰੀ ਇੱਧਰ, ਕਿਤੇ ਛਾਲ ਮਾਰੀ ਇੱਧਰ, ਉਹੀ ਜਾਂ ਮਰੋ ਡੱਕਰਦੇ ਆ, ਫਿਰ ਵੀ ਅਸੀਂ ਤਾਂ ਆਪਣੇ ਕਨੀ ਆ ਕੇ ਫੇਰ ਭੱਜੇ, ਉਹਨੂੰ ਪਤਾ ਵੀ ਮੈਨੂੰ ਮਾਰਦੇ ਆ ਮੈਨੂੰ, ਠੀਕ ਹੈ, ਜਦੋਂ ਉਹਨੂੰ ਪਤਾ ਵੀ ਬੰਦਾ ਮੈਨੂੰ ਮਾਰੂਗਾ ਤਾਂ ਉਹ ਫਿਰ ਆਊਗਾ ਆਪਣੇ ਕਨੀ, ਕਹਿੰਦਾ ਬਾਂਦਰਾਂ ਵਾਲੇ ਕੰਮ। ਸੋ ਇਹਦਾ ਕਾਰਨ ਕੀ ਹੁੰਦਾ, ਇਹਦਾ ਕਾਰਨ ਹੁੰਦਾ ਅਟੈਂਸ਼ਨ ਡੈਫੀਸੈਂਟ ਡਿਫਲੈਕਟ, ਇੱਕ ਸੈਕਿੰਡ ਹਾਂ, ਡਿਫਲੈਕਟ ਹਾਈਪਰ ਐਕਟੀਵਿਟੀ ਡਿਸਆਰਡਰ। ਸੋ ADHD ਜਿਹੜੇ ਬੱਚੇ ਹੁੰਦੇ ਆ ਉਹ ਬਾਂਦਰ ਵਾਲਾ ਕੰਮ ਹੀ ਹੁੰਦਾ ਹੁੰਦਾ, ਕਹਿਣ ਦਾ ਮਤਲਬ ਇਹਦਾ ਰਾਈਟ ਆਂਸਰ 4 ਆਊਗਾ, ਇਹਦਾ ਰਾਈਟ ਆਂਸਰ 4 ਆਊਗਾ, ਧਿਆਨ ਨਾਲ ਸੰਬੰਧਿਤ ਗੱਲ ਹੋਈ ਹੈ ਨਾ, ਵਾਰ ਵਾਰ ਇੱਕ ਕੰਮ ਨੂੰ ਕਰਨਾ। ਸੋ ਉਹਨਾਂ ਦਾ ਧਿਆਨ ਮਤਲਬ ਵੀ ਜ਼ਿਆਦਾ, ਮਤਲਬ ਵੀ ਇੱਕ ਊਰਜਾ ਜ਼ਿਆਦਾ ਹੁੰਦੀ ਹੈ, ਊਰਜਾਵਾਨ ਹੁੰਦੇ ਆ ਉਹ। ਨੈਕਸਟ, ਨਿਮਨਲਿਖਤ ਕੌਣ ਸਾ ਨਿਰੰਤਰ ਔਰ ਵਿਆਪਕ ਮੁਲਾਂਕਣ ਦਾ ਸਮਰਥਨ ਕਰੇਗਾ। CCC ਦੀ ਗੱਲ ਹੋ ਰਹੀ ਇੱਥੇ, CCC ਆ ਦੇਖੋ ਲਿਖਿਆ ਹੋਇਆ, CCE ਹੈ ਨਾ, ਕੰਟੀਨਿਊ ਇਹਦੇ ਨਿਰੰਤਰ ਇਹਦੇ ਵਿਆਪਕ ਮੁਲਾਂਕਣ ਕਿਹੜਾ ਹੁੰਦਾ। ਸੋ ਇਹਦੇ ਵਿੱਚ ਕੀ ਆ ਗਿਆ, ਮਾਨਕੀਕ੍ਰਿਤ ਵਿਧੀ ਪ੍ਰੈਕਸ਼ਨ ਹੋਏਗਾ, ਇਹਦੇ ਵਿੱਚ ਸਰਬ ਸ਼੍ਰੇਸ਼ਠ ਕਾਰ ਆ ਪੋਰਟੋਫੋਲੀਆ। ਦੇਖੋ ਮੈਂ ਤੁਹਾਨੂੰ ਦੱਸਿਆ ਸੀ ਬਹੁਤ ਵਾਰੀ ਵੀ ਜਿੱਥੇ ਤੁਹਾਨੂੰ ਇੱਕ ਸਕੈਫੋਲਡਿੰਗ ਸ਼ਬਦ, ਇੱਕ ਹੋਰ ਦੱਸਿਆ ਸੀ ਸਫੈਲੋਕੋਲਡ, ਪੋਰਟੋਫੋਲੀਆ, ਠੀਕ ਹੈ, ਫੈਸੀਲੇਟਰ, ਮੈਂ ਤੁਹਾਨੂੰ ਸ਼ਬਦ ਰੱਟੇ ਲਵਾਏ ਸੀ ਵੀ ਜਿੱਥੇ ਤੁਹਾਨੂੰ ਇਹ ਦੇਖਣ ਨੂੰ ਮਿਲ ਜਾਏ ਕਿਤੇ ਨਾ ਆਂਸਰ ਹੋਊਗਾ, ਤਾਂ ਆਂਸਰ ਇਹਦਾ ਇਹੀ ਹੋਊਗਾ। ਫਿਰ ਪੋਰਟੋਫੋਲੀਆ ਕੀ ਹੁੰਦਾ, ਤੁਹਾਨੂੰ ਸ਼ਾਇਦ ਮੈਂ ਕਦੇ ਪਿਛਲੇ ਕੁਐਸਚਨ 'ਚ ਦੱਸ ਗਿਆ, ਕਲਾਸ ਕਿਸੇ ਦੱਸਿਆ ਹੋਊਗਾ, ਪੋਰਟੋਫੋਲੀਆ ਇੱਕ ਮਤਲਬ ਵੀ ਸੰਗ੍ਰਹਿ ਤਿਆਰ ਕਰਨਾ ਹੁੰਦਾ, ਵੀ ਬੱਚੇ ਦੀ ਇੱਕ ਫਾਈਲ ਤਿਆਰ ਕਰਨੀ ਪੋਰਟੋਫੋਲੀਆ। ਸੋ ਸਰਬਸ਼੍ਰੇਸ਼ਠ ਕਾਰ ਆ ਪੋਰਟੋਫੋਲੀਆ, ਸੋ ਰਾਈਟ ਆਂਸਰ ਇਹਦਾ ਇਹੀ ਹੋਊਗਾ 2। ਨੈਕਸਟ, ਅਗਲਾ ਨੈਕਸਟ ਕੁਐਸਚਨ ਤੁਹਾਡੀ ਸਕਰੀਨ 'ਤੇ ਆ ਗਿਆ, ਸਮਾਜਿਕ ਰਚਨਾਤਮਕ ਵਾਦੀਆਂ ਕੇ ਅਨੁਸਾਰ ਅਧਿਗਮ ਕੀ ਪ੍ਰਕਿਰਿਆ ਕੇ ਬਾਰੇ ਮੈਂ ਨਿਮਨਲਿਖਤ ਸੇ ਕੌਣ ਸਾ ਕਥਨ ਸਹੀ ਹੈ, ਸਹੀ ਪੁੱਛਿਆ, ਠੀਕ ਹੈ। ਸੋ ਸਮਾਜਿਕ ਰਚਨਾਤਮਕਵਾਦੀ, ਜਿਵੇਂ ਆਪਾਂ ਸਾਰੇ ਵੀ ਜਿਹੜੇ ਸਮਾਜ 'ਚੋਂ ਸਿੱਖਣ ਵਾਸਤੇ ਕਹਿੰਦੇ ਆ, ਠੀਕ ਹੈ, ਜਿਵੇਂ ਬੰਡੂਰਾ ਹੋਰੀ ਹੋ ਗਏ, ਆਪਣਾ ਬਾਇਓਵਸਤੀ ਹੋ ਗਿਆ, ਸੋ ਫਿਰ ਉਹ ਕੀ ਕਹਿਣਗੇ, ਸਮਾਜ ਤੋਂ ਹੀ ਕਹਿਣਗੇ। ਸੋ ਰਾਈਟ ਆਂਸਰ ਕੀ ਹੋਊਗਾ ਫਿਰ, ਇੱਥੇ ਸਮਾਜ ਵਾਲੀ ਗੱਲ ਪਈ ਆ, ਦੇਖੋ ਅਧਿਗਮ ਅਰਥ ਨਿਰਮਾਣ ਇੱਕ ਸਮਾਜਿਕ ਪ੍ਰਕਿਰਿਆ ਹੈ, ਰਾਈਟ ਆਂਸਰ ਆਊਗਾ 1। ਰਾਈਟ ਆਂਸਰ ਆਊਗਾ 1, ਪਹਿਲਾਂ ਹੀ ਤੁਹਾਡਾ ਸਹੀ ਹੈ, ਤੁਹਾਡਾ ਪਹਿਲਾਂ ਹੀ ਸਹੀ ਹੈ, ਉਸ ਨੂੰ ਪੜ੍ਹਨ ਦੀ ਜ਼ਰੂਰਤ ਹੀ ਨਹੀਂ। ਨੈਕਸਟ ਅਗਲਾ ਕੁਐਸਚਨ, ਬੈਸ ਹੋ ਗਏ, ਇਹ ਸੀ ਪੇਪਰ 1। ਪੇਪਰ 1 ਜਿਹੜਾ ਲਾਸਟ ਈਵਨਿੰਗ ਹੋਇਆ ਸੀ ਉਹਦੀ ਸ਼ਿਫਟ ਦੇ 30 ਕੁਐਸਚਨ ਕੀਤੇ ਆ, 1-2 ਕੁਐਸਚਨ ਹੋਰ ਆਪਾਂ ਆਪਣੇ ਗਲਤ ਹੋ ਸਕਦੇ ਆ, ਪਰ ਠੀਕ ਹੈ, ਕੋਸ਼ਿਸ਼ ਰਹੀ ਕਿ ਬੈਸਟ ਕੀਤਾ, ਇਸੇ ਕਰਕੇ ਆਪਾਂ ਜਲਦਬਾਜ਼ੀ ਵਿਊ ਲੈਣ ਕਰਕੇ ਆਪਾਂ ਆਂਸਰ ਕੀ ਨਹੀਂ ਪਾਈ, ਵੀ ਆਪਾਂ ਤੁਹਾਨੂੰ ਰਾਤ ਹੀ ਆਂਸਰ ਕੀ ਪਾ ਦਿੰਦੇ, ਠੀਕ ਹੈ, ਰਾਤ ਵੀ ਟਾਈਮ ਤਾਂ ਹੈਗਾ ਸੀ, ਪਰ ਉਹ ਠੀਕ ਹੈ, ਉਹ ਜਿਵੇਂ ਕਹਿੰਦੇ ਵੀ ਗਲਤੀਆਂ ਕਰਾਉਣੀਆਂ ਹੋ ਸਕਦੀ, ਗਲਤੀਆਂ ਹਰੇਕ ਤੋਂ ਸਹਿਜ ਹੁੰਦੀਆਂ, ਮੈਥੋਂ ਵੀ ਇੱਥੇ ਗਲਤੀਆਂ ਹੋ ਗਈਆਂ ਹੋਣੀਆਂ, ਕੋਈ ਰੀਜ਼ਨ ਨਹੀਂ, ਪਰ ਇੰਨੀਆਂ ਜ਼ਿਆਦਾ ਨਹੀਂ ਹੋਣਗੀਆਂ ਕਿ ਆਪਾਂ ਜ਼ਿਆਦਾ ਵਿਊ ਲੈਣ ਵਾਸਤੇ ਆਪਾਂ ਵੀਡੀਓ ਪਾ ਦਈਏ, ਉਹ ਮਸਲਾ ਨਹੀਂ ਸੀ। ਸੋ ਇਸ ਲਈ ਆਪਾਂ ਲੇਟ ਪਾਇਆ, ਤਾਂ ਜਿੰਨੀ ਆਪਾਂ ਹਰ ਇੱਕ ਕੁਐਸਚਨ ਦੀ ਜਾਂਚ ਪੜਤਾਲ ਕਰਕੇ ਕਿਹਦਾ ਆਂਸਰ ਕੀ ਬਣੇਗਾ, ਠੀਕ ਹੈ। ਸੋ ਇਹ ਸੀ, ਵਧੀਆ ਲੱਗੇ ਤਾਂ ਲਾਈਕ, ਸ਼ੇਅਰ, ਕਮੈਂਟ ਕਰੋ। ਜਲਦੀ ਆਪਾਂ ਇੱਕ ਆਂਸਰ ਕੀ ਹੋਰ ਅਪਲੋਡ ਕੀਤੀ ਹੈ, ਜਿਹੜੀ CDP ਪੇਪਰ 2 ਵਾਲੇ ਦੀ, BED ਵਾਲੇ ਦੀ, ਉਹ ਵੀ ਤੁਸੀਂ ਦੇਖ ਸਕਦੇ ਹੋ। ਧੰਨਵਾਦ।